ਪੰਜਾਬ ਦੇ ਵਿੱਚ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ, ਸਰਕਾਰ ਜਿਹੜੀ ਹੈ ਸਰਕਾਰੀ ਦਫ਼ਤਰਾਂ ਤੋਂ ਨਹੀਂ, ਏਸੀ ਕਮਰਿਆਂ ਤੋਂ ਨਹੀਂ, ਬਲਕਿ ਪਿੰਡਾਂ ਦੇ ਵਿੱਚੋਂ ਚਲਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਸੀ ਆਪ ਦੀ ਸਰਕਾਰ ਆਪ ਦੇ ਦੁਆਰ, ਔਰ ਉਸੀ ਮੁਹਿੰਮ ਦੇ ਤਹਿਤ ਵੱਖ ਵੱਖ ਜਗ੍ਹਾ ਦੇ ਉੱਪਰ ਵੱਖ ਵੱਖ ਪਿੰਡਾਂ ਦੇ ਵਿੱਚ ਲਗਾਤਾਰ ਕੈਂਪ ਲੱਗਦੇ ਨੇ। ਕੈਂਪਾਂ ਦੇ ਵਿੱਚ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ। ਅੱਜ ਵੀ ਅਸੀਂ ਡੇਰਾਬੱਸੀ ਹਲਕਾ ਜਿਹੜਾ ਉਸ ਦੇ ਵਿੱਚ ਮੌਜੂਦ ਹਾਂ, ਔਰ ਉੱਥੇ ਇੱਕ ਵੱਡਾ ਕੈਂਪ ਲੱਗਿਆ ਹੋਇਆ। ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ, ਮੌਜੂਦਾ MLA ਇੱਥੇ ਮੌਜੂਦ ਹੈ, ਅਧਿਕਾਰੀ ਉਹਨਾਂ ਦੇ ਨਾਲ ਇੱਥੇ ਮੌਜੂਦ ਹੈ, ਔਰ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ, ਔਰ ਇਨ ਸਮੱਸਿਆਵਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇੱਥੇ ਹੀ ਅਧਿਕਾਰੀ ਮੌਜੂਦ ਹੈ, ਅਧਿਕਾਰੀਆਂ ਦੇ ਕੋਲ ਸਿੱਧੀ ਸਮੱਸਿਆ ਜਾਂਦੀ ਹੈ ਔਰ ਤੁਰੰਤ ਉਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰਵਾਈ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਸਹੂਲੀਅਤ ਮਿਲੇ, ਕਿਉਂਕਿ ਸਰਕਾਰ ਨੇ ਨਾਰਾ ਦਿੱਤਾ ਸੀ ਕਿ ਅਸੀਂ ਲੋਕਾਂ ਨੂੰ ਸਹੂਲੀਅਤ ਦੇਣ ਲਈ ਆਏ ਹਾਂ। ਸਾਡੀ ਜਿਹੜੀ ਸਰਕਾਰ ਹੈ ਉਹ ਲੋਕਾਂ ਦੀ ਸਰਕਾਰ ਹੈ, ਕਿਉਂਕਿ ਲੋਕਾਂ ਨੇ ਇੱਕ ਵੱਡਾ ਮੈਂਡੇਟ ਦਿੱਤਾ ਸੀ। MLA ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਹਾਂ। MLA ਸਾਹਿਬ, ਲਗਾਤਾਰ ਕੈਂਪ ਲੱਗ ਰਹੇ ਨੇ ਸਰਕਾਰ ਦੇ, ਕਿਸ ਤਰ੍ਹਾਂ ਦੇਖਦੇ ਹੋ ਅੱਜ ਕਿੰਨੀਆਂ ਕੁ ਸਮੱਸਿਆਵਾਂ ਇੱਥੇ ਆਈਆਂ ਨੇ ਔਰ ਕਿਸ ਢੰਗ ਦੀ ਸਮੱਸਿਆਵਾਂ ਲੋਕਾਂ ਨੂੰ ਪੇਸ਼ ਆ ਰਹੀਆਂ ਨੇ ਹੁਣ? ਛੋਟੇ ਵੀਰ, ਪਹਿਲਾਂ ਤਾਂ ਤੁਹਾਡਾ ਮੈਂ ਦੈਨਿਕ ਸਵੇਰਾ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਮਾਨਯੋਗ ਮੇਰੇ ਛੋਟੇ ਭਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜਾ ਪੰਜਾਬ ਦੇ ਵਿੱਚ ਆਪਕੀ ਸਰਕਾਰ ਆਪਕੇ ਦਰਬਾਰ ਆਪਕਾ MLA ਆਪਕੇ ਦਰਬਾਰ ਦਾ ਜਿਹੜਾ ਕੰਸੈਪਟ ਲੈ ਕੇ ਆਏ ਸੀ, ਅੱਜ ਉਹਨੂੰ ਲੈ ਕੇ ਅੱਜ 2.5-3 ਸਾਲ ਸਰਕਾਰ ਦੇ ਹੋਇਆ, ਲਗਭਗ 180 ਤੋਂ ਉੱਪਰ ਕੈਂਪ ਇਕੱਲੇ ਡੇਰਾਬੱਸੀ ਹਲਕੇ 'ਚ ਲੱਗ ਚੁੱਕੇ ਆ। ਇਹਦੇ ਪਿੱਛੇ ਮੇਰੀ ਸਾਰੀ ਜਿਵੇਂ SDM ਸਾਹਿਬ, BDO ਸਾਰੇ, EO ਸਾਹਿਬਾਨ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਹੁਤ ਵੱਡੀ ਅੱਛੀ ਭੂਮਿਕਾ ਨਿਭਾਈ ਹੈ, ਔਰ ਅੱਜ ਆਵਾਜ਼ ਯੋਜਨਾ ਕਰਕੇ 89 ਜਿਹੜੇ ਲਾਭਪਾਤਰੀ ਸੀ, ਅੱਜ ਉਹਨਾਂ ਨੂੰ ਅਸੀਂ ਉਹਨਾਂ ਦੀ ਜੋ ਰਿਲੀਜ਼ ਕਰਨਾ ਸੀਗਾ ਉਹ ਕੀਤਾ, ਔਰ ਅੱਜ ਇਹਦੇ ਬਿਜਲੀ ਡਿਪਾਰਟਮੈਂਟ ਹੈ, ਤੁਹਾਡੇ ਸਾਂਭ ਸੰਭਾਲ ਖੇਤੀ ਨਾਲ, ਪਰਾਲੀ ਨਾਲ, ਔਰ ਡਾਕਟਰ ਸਾਹਿਬਾਨ ਸਿਹਤ ਸਹੂਲਤਾਂ ਦੇ ਨਾਲ, ਐਜੂਕੇਸ਼ਨ ਵਾਸਤੇ, ਮਤਲਬ ਲਗਭਗ 43 ਸਟੇਜ ਜਿਹੜੇ ਕੈਂਪ ਆਪਣੇ ਲਾਏ ਜਿਹੜੇ ਆਪਾਂ ਟੇਬਲ, ਉਹਨਾਂ ਦੇ ਵਿੱਚ ਅਲੱਗ ਅਲੱਗ ਵਿਭਾਗਾਂ ਦੀ ਜਿਹੜੀ ਕਾਰਵਾਈ ਹੈ, ਪਿੰਡਾਂ ਜਿਵੇਂ ਰਾਸ਼ਨ ਕਾਰਡਾਂ ਦੀ ਦਿੱਕਤ ਹੈ, ਕਿਸੇ ਦੀ ਕਣਕ ਕੱਟੀ ਗਈ, ਕਿਸੇ ਦਾ ਕੁਛ ਹੋ ਗਿਆ, ਕਿਤੇ ਬਿਜਲੀ ਦੀ ਪ੍ਰੋਬਲਮ ਹੈ, ਇਹ ਚੀਜ਼ਾਂ ਨੂੰ ਲੈ ਕੇ ਕੈਂਪ ਲਗਾਏ ਗਏ ਆ। ਔਰ ਮੈਨੂੰ ਉਮੀਦ ਹੈ ਆਉਣ ਵਾਲੇ ਟਾਈਮ, ਜਿਵੇਂ ਅੱਜ ਏਡਾ ਵੱਡਾ ਭਰਵਾਂ ਹੁੰਗਾਰਾ ਪਿੰਡ ਪੰਡਵਾਲਾ ਦੇ ਵਿੱਚ, ਐਂ ਲੱਗਦਾ ਕਿ ਜਨ ਸਲਾਹ ਵੀ ਆ ਗਿਆ ਲੋਕ ਕੰਮ ਕਰਨ ਵਾਲਿਆਂ ਦਾ। 60 ਸਾਲ ਜ਼ਮੀਨ ਦਾਬੀ ਹੋਈ। ਕਬਜ਼ਾ ਕਿਸ ਤਰ੍ਹਾਂ ਦਾ ਕਬਜ਼ਾ ਥਾ, ਕਿਸ ਦਾ ਕਬਜ਼ਾ ਥਾ? ਨਕਲ ਜੀ ਦਾ ਕਬਜ਼ਾ ਥਾ ਜੀ, 4 ਬੀਘੇ 18 ਪਿਸਵੇ ਆਪਣੇ ਰਣਦਾਵਾ ਜੀ ਨੇ ਛਟਵਾਈ ਆ ਜੀ। ਹਾਂ, ਜ਼ਮੀਨ ਉਹ ਨਜਾਇਜ਼ ਦਾਬੀ ਹੋਈ। ਕਿਤਨੇ ਸਾਲ ਕੇ ਬਾਅਦ ਕਬਜ਼ਾ ਛੁੱਟਿਆ? 60 ਸਾਲ ਕੇ ਬਾਅਦ ਸਰ ਜੀ। ਹਾਂ, ਜ਼ਮੀਨ ਥਾਰੀ ਸੀ, ਉਸ ਪਰ ਕਬਜ਼ਾ ਕਿਸੇ ਹੋਰ? ਹਾਂ, ਕਬਜ਼ਾ ਹੋਰ ਕਿਸੇ, ਪੰਚਾਇਤੀ ਜ਼ਮੀਨ ਥੀ ਸਰ ਜੀ। ਹਾਂ, ਇਹ ਵੀ ਉਸ ਸਮਾਂ ਪੈਲਸ ਬਣਾਏ ਰਹੇ ਜੀ। ਹਾਂ ਜੀ, ਲੜਕੀਆਂ ਕਾ ਭਲਾ ਹੋ ਜਾਗਾ ਜੀ, ਔਰ ਲੜਕੀਆਂ ਕੀ ਸਾਦੀਆਂ ਹੋ ਜਾਂਗੀ, ਔਰ ਹਾਂ ਜੀ ਉਹ ਟੈਂਟ ਭੀ ਜਾਂ ਜੀ, ਮਠਿਆਈ ਗਿੱਲੀ ਹੋ ਜਾ ਜੀ। ਹਾਂ ਜੀ, 10 ਸਾਲ ਤੋਂ ਪਾਣੀ ਸੜਕ 'ਤੇ ਖੜਿਆ ਸੀ, 7-8 ਪਿੰਡ ਪਰੇਸ਼ਾਨ ਸੀ, ਮੈਂ ਇੱਥੇ ਸਰਪੰਚ ਹਾਂ, ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੇ 15 ਦਿਨ ਦੇ ਵਿੱਚ 20 ਦਿਨ 'ਚ ਉਹ ਹੱਲ ਕਰਾਤਾ। ਸਾਰੇ ਅਫਸਰ ਬੁਲਾਏ ਔਰ ਅਫਸਰਾਂ ਨਾਲ ਖੜ ਕੇ ਉਹ ਸੀਵਰੇਜ ਪੁਆਈ, ਉਹ ਕਾਫੀ ਲੰਬਾ ਕੰਮ ਸੀ ਔਰ ਸਾਰੇ ਉਸ ਤੋਂ ਡਰਦੇ ਸੀ, ਕਾਫੀ 10 ਸਾਲ ਤੋਂ ਪਿਆ ਸੀ। ਇਹ ਇਸ ਸਰਕਾਰ 'ਚ ਬਹੁਤ ਐਸੇ ਕੰਮ ਹੋ ਰਹੇ ਆ ਜੋ ਕਦੇ ਹੋਏ ਨਹੀਂ, ਮਤਲਬ ਇੱਦਾਂ ਹੀ ਸਰਕਾਰ ਕੰਮ ਕਰ ਰਹੀ ਹੈ। MLA ਸਾਹਿਬ ਨਾਲ ਖੜੇ ਆ, ਇਹ ਗੱਲ ਤੇ ਨਹੀਂ ਬਈ? ਹਾਂ, MLA ਸਾਹਿਬ ਦੇ ਸਾਹਮਣੇ ਤਰੀਫ, MLA ਸਾਹਿਬ ਨੇ ਇਹ ਕਿਹਾ, ਅਸੋਂ ਕਹੇ ਜਦੋਂ ਮੈਂ ਖੁਦ ਆਵਾਂਗਾ ਔਰ ਅਫਸਰ ਆਵਾਂਗੇ, SDM ਸਾਹਿਬ ਆਵਾਂਗੇ, ਸਾਰੇ ਅਫਸਰ ਆਏ ਔਰ MLA ਸਾਹਿਬ ਆਪ ਉਹਨਾਂ ਦੀ ਸ਼ੁਰੂਆਤ ਕਰਾਈ। ਹੋ ਰਿਹਾ ਕੰਮ? ਹਾਂਜੀ ਹਾਂਜੀ, ਜ਼ਰੂਰ ਹੋ ਰਿਹਾ, ਬਹੁਤ ਵਧੀਆ ਕੰਮ ਹੋ ਰਿਹਾ। ਹਾਂਜੀ ਹਾਂਜੀ ਸਾਹਿਬ, ਕਹਿੰਦੇ ਲੋਕ ਜਦੋਂ ਦੱਸਦੇ ਆ ਨਾ ਕਿ ਹਾਂ ਕੰਮ ਹੋ ਰਹੇ ਨੇ, ਤਾਂ ਹੀ ਮੋੜ ਲੱਗਦੀ ਹੈ ਕੰਮਾਂ ਦੇ ਉੱਪਰ। ਕਿਸ ਤਰ੍ਹਾਂ ਦੇਖਦੇ ਹੋ ਆਪਣੇ ਹਲਕੇ ਨੂੰ, ਕਿਉਂਕਿ
ਓਵਰਆਲ ਅਗਰ ਇਸ ਹਲਕੇ ਦੀ ਗੱਲ ਕਰੀਏ, ਰੀਅਲ ਅਸਟੇਟ ਦਾ ਇੱਕ ਵੱਡਾ ਹੱਬ ਹੈ ਇਹ ਹਲਕਾ, ਔਰ ਰੀਅਲ ਅਸਟੇਟ ਦੇ ਨਾਂ 'ਤੇ ਇੱਥੇ ਅਵੈਧ ਕਲੋਨੀਆਂ ਵੀ ਕੱਟੀਆਂ ਗਈਆਂ, ਉਹਨਾਂ ਅਵੈਧ ਕਲੋਨੀਆਂ ਕਰਕੇ ਆਮ ਜਿਹੜੇ ਲੋਕ ਨੇ ਉਹ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਏ ਨੇ। ਕਿਤੇ ਸੀਵਰੇਜ ਚੌਕ ਹੋ ਗਿਆ, ਕਿਤੇ ਕੁਝ ਹੋ ਗਿਆ, ਰੋਡ ਟੁੱਟ ਗਏ, ਮਾਈਨਿੰਗ ਇੱਕ ਵੱਡੀ ਸਮੱਸਿਆ ਇਸ ਇਲਾਕੇ ਦੀ, ਮਾਈਨਿੰਗ ਦਾ ਵੀ ਗੜ੍ਹ ਹੈ ਇਲਾਕਾ। ਕਿਸ ਤਰ੍ਹਾਂ ਦੇਖਦੇ ਓਵਰਆਲ ਕਿੰਨਾ ਕੁ ਹਲਕੇ ਦਾ ਸੁਧਾਰ ਹੋ ਪਾਇਆ ਹੁਣ ਤੱਕ? ਦੇਖੋ ਜੀ, ਦੋ ਚੀਜ਼ਾਂ ਨੇ ਮੇਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਰੰਗਲਾ ਪੰਜਾਬ ਦਾ ਇੱਕ ਸੁਪਨਾ ਜਿਹੜਾ ਕੰਸੈਪਟ ਸੀ ਉਹ ਤਿਆਰ ਕਰਕੇ ਦਿੱਤਾ। ਅੱਜ ਗਲੀਆਂ 'ਚ, ਅੱਜ ਬਾਜ਼ਾਰਾਂ 'ਚ, ਅੱਜ ਤੁਸੀਂ ਜੰਗਲਾਂ ਦੇ ਵਿੱਚ ਜਾ ਕੇ ਚਿੜੀਆਂ ਚਹਿਕਣ ਲੱਗ ਗਈਆਂ। ਅੱਜ ਆਹ ਜਿਹੜੇ ਦਲਿਤ ਲੋਕ ਆ, ਪਿੰਡਾਂ ਦੇ ਦਲਿਤ ਵੀਰ ਸੀਗੇ, ਭਾਵੇਂ ਕਿਸਾਨ, ਮਜ਼ਦੂਰ, ਟਰਾਂਸਪੋਰਟਰ, ਵਪਾਰੀ, ਇਹਦੀ ਸੁਣਵਾਈ ਕਿਹਨੇ ਕੀਤੀ ਅੱਜ ਤੱਕ? ਇਹ ਤਾਂ ਇੱਕ ਵਾਰੀ ਕਹਿੰਦੇ ਸੀ ਵੀ ਤੇਰੀ ਵਾਰੀ ਆ, ਅਗਲੀ ਵਾਰੀ ਇੱਧਰ ਵਾਲੇ ਕਹਿੰਦੇ ਸੀ ਮੇਰੀ ਵਾਰੀ ਆ, ਆਹ ਤੀਜੇ ਵਾਲਿਆਂ ਦਾ। ਇਹ ਤਾਂ ਇਹਨਾਂ ਨੂੰ ਸੀ ਪਤਾ ਵੀ ਤੀਜੇ ਆਉਣਗੇ ਤੁਹਾਨੂੰ ਫੜ ਕੇ ਥੱਲੇ ਵੀ ਲਾ ਦੇਣਗੇ। ਇਹ ਗਰੀਬ ਲੋਕਾਂ ਦੀ ਸੁਣਵਾਈ ਕਿਹਨੇ ਕੀਤੀ ਆ? ਅੱਗੇ ਆਮ ਤੌਰ 'ਤੇ ਕੀ ਹੁੰਦਾ ਰਿਹਾ, ਦਿਸ ਕੋ 10-12 ਏਕੜ ਜ਼ਮੀਨ ਹੈ, ਉਹ ਕਣਕ ਵੀ ਉਹਨੂੰ ਘਰ ਦੀਆਂ ਛੱਤਾਂ ਦੇ, ਪੈਸੇ ਵੀ ਉਹਨੂੰ, ਗਰੀਬ ਲੋਕ ਨੂੰ ਕਿਸੇ ਘਰ ਦੀ ਛੱਤ ਨਹੀਂ ਮਿਲੀ। ਨਜਾਇਜ਼ ਕਬਜ਼ੇ ਆ ਤੁਹਾਡੇ ਸਾਹਮਣੇ, ਆ ਭਾਈ ਸਾਹਿਬ ਕਹਿੰਦੇ ਨੇ ਜੀ ਉਹ ਸਰਾਧ ਆ ਗਏ, ਸਰਾਧ ਤੋਂ ਪਹਿਲਾਂ 4 ਇੱਟਾਂ ਲਾ ਦਿਓ। ਮੈਂ ਇਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਠੀਕ ਹੈ, ਸਰਾਧ ਵੀ ਮਨਾਓ, ਰਾਮਲੀਲਾ ਮਨਾਓ, ਦੁਸਹਿਰੇ ਮਨਾਓ, ਖੁਸ਼ੀਆਂ ਮਨਾਓ, ਕਿਉਂਕਿ ਪੰਜਾਬ ਰੰਗਲਾ ਪੰਜਾਬ ਬਣ ਲੱਗਾ। ਔਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ 50,000 ਦੇ ਲਗਭਗ ਨੌਕਰੀਆਂ ਦਿੱਤੀਆਂ, ਮੁਹੱਲਾ ਕਲੀਨਿਕ ਕਿੰਨੇ ਦਿੱਤੇ ਯਾਰ। ਔਰ ਦੂਸਰੇ ਪਾਸੇ ਤੁਸੀਂ ਇੱਕ ਹੋਰ ਦੇਖੋ, ਜਿਹੜੇ ਸ਼ਹਿਰਾਂ ਦੇ ਵਿੱਚ ਹੋਸਪਿਟਲ ਸੀ, ਛੋਟੇ ਹੋਸਪਿਟਲ, ਔਰ ਸਕੂਲਾਂ ਦੇ ਹਾਲਾਤ ਦੇਖ ਲਓ, ਹਰ ਜਗ੍ਹਾ ਦੇਖੋ। ਹੁਣ ਪੁਰਾਣਾ ਗੰਦ ਪਿਆ ਹੈ, ਜਿਹੜਾ ਇਹਨਾਂ ਨੇ ਗੰਦ ਪਾਇਆ ਉਹਨੂੰ ਕੱਢਣ ਨੂੰ ਛੋਟੇ ਵੀ ਟਾਈਮ ਲੱਗਣਾ, ਲੇਕਿਨ ਤੁਹਾਡਾ ਇਹ ਚੈਨਲ ਦਾ ਧੰਨਵਾਦ ਕਰਦਾ। ਔਰ ਇੱਕ ਮੈਂ ਵਧਾਈ ਵੀ ਦੇਣਾ ਚਾਹੁੰਦਾ ਪੰਜਾਬ ਔਰ ਦੇਸ਼ ਵਾਸੀਆਂ ਨੂੰ ਕਿ ਸਾਡੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਭਾਰਤ ਦੇਸ਼ ਦੇ ਇੱਕ ਮਸੀਹਾ ਨੇ, ਉਹ ਬਾਬੇ ਦੀ ਪੂਰੀ ਕਿਰਪਾ ਹੋ ਗਈ ਉਹਨਾਂ 'ਤੇ। ਔਰ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਆਤੀਸ਼ੀ ਨੂੰ ਮੁੱਖ ਮੰਤਰੀ ਵੀ ਬਣਾਤਾ ਦਿੱਲੀ ਦਾ, ਆਤੀਸ਼ੀ ਦੇ ਨਾਂ ਦੇ ਉੱਪਰ ਮੋਹਰ ਲੱਗ। ਦੇਖੋ ਇਹ ਫੈਸਲੇ ਆ ਤੁਹਾਡੇ ਧੂਤੂ ਵਾਲਿਆਂ ਕਦੋਂ ਪਹਿਲਾਂ ਆ ਜਾਂਦੇ ਨੇ, ਮੈਨੂੰ ਅਜੇ ਨਹੀਂ ਸੀ ਪਤਾ ਲੱਗਿਆ। ਜੇ ਕੁਛ ਇਹੋ ਜਿਹਾ ਤਾਂ ਮੈਂ ਵਧਾਈ ਦਿੰਦਾ। ਔਰ ਇਹਦੇ ਨਾਲ ਨਾਲ ਮੈਨੂੰ ਲੱਗਦਾ ਕਿ ਇਹ ਜਿਹੜੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਹੈ, ਇਹ ਪੰਜਾਬ ਨੇ ਭਾਰਤ ਦੇ ਵਿੱਚ ਇਤਿਹਾਸਿਕ ਫੈਸਲੇ ਲਏਗੀ। ਜਿਵੇਂ ਬਿਜਲੀ ਇੱਥੇ 0 ਬਿਜਲੀ ਬਿੱਲ, ਫ੍ਰੀ ਬਿੱਲ, ਆਟਾ ਦਾਲ ਦੀਆਂ ਸਕੀਮਾਂ ਸਾਰਿਆਂ ਲੋਕਾਂ ਨੂੰ ਅੱਜ ਆਨੰਦ ਮਾਣ ਰਹੇ ਨੇ। ਆਉਣ ਵਾਲੇ ਟਾਈਮ 'ਚ ਰੰਗਲਾ ਪੰਜਾਬ, ਇਹ ਰੰਗਲੇ ਪੰਜਾਬ ਦੀ ਨੀਂਹ ਰੱਖੀ ਗਈ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।